ਮਿੰਟੂ ਜੀ ਕੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਆਏ ਸੀਗੇ ਤ੍ਰਿੰਦਰ ਸ਼ਾਸਤਰੀ ਜੀ ਪੰਡਿਤ ਤ੍ਰਿੰਦਰ ਸ਼ਾਸਤਰੀ ਜੀ ਤਾਂ ਉਹ ਆਏ ਤਾਂ ਉਦੋਂ ਬਾਅਦ ਰੌਲਾ ਪੈ ਗਿਆ ਪਹਿਲਾਂ ਤਾਂ ਮੀਡੀਆ 'ਚ ਰੌਲਾ ਪਿਆ ਰਿਹਾ ਖਬਰਾਂ ਚੱਲੀਆਂ ਉਸ ਤੋਂ ਬਾਅਦ ਕ੍ਰਿਸ਼ਨ ਭਾਈ ਚਰੇ ਦੇ ਲੋਕ ਉਹ ਚਲੇ ਗਏ ਉਹਨਾਂ ਨੇ ਜਾ ਕੇ ਤ੍ਰਿੰਦਰ ਜੀ ਤੇ ਨਿਕੂ ਹੈਗਾ ਸੀ ਨਾਲ ਕੇ ਹਾਂ ਨਿਕੂ ਸਾਹਿਬ ਸੀਗੇ ਨਾਲ ਨਿਕੂ ਸਾਹਿਬ ਆ ਗਏ ਸੀ ਅੱਛਾ ਤੇ ਨਾਲ ਇਹ ਵੀ ਆਪ ਤਾਂ ਉਹਨਾਂ ਨੇ ਇਹ ਪੂਰੀ ਪੂਜਮੀ ਜਚਾਈ ਸੀ ਨਾਲ ਮੈਨੂੰ ਲੱਗਦਾ ਵੀ ਉਹ ਆਪ ਹੀ ਕਹਿੰਦੇ ਨੇ ਕਿ ਸ਼ਾਸਤਰੀ ਜੀ ਪੰਜਾਬ ਜਾਣਾ ਤਾਂ ਪਹਿਲਾਂ ਪੱਗ ਬਨਣਾ ਆ ਉਹ Shastri ਨੂੰ ਇਹ ਪਤਾ ਹੀ ਹੈ ਨਾ ਕਿ ਬਿਆਨੋ ਨੇ ਦਿੱਤਾ ਸੀਗਾ ਕੈਸਾ ਤੇ ਜਿਹਦੇ ਤੇ ਕਾਫੀ ਰੌਲਾ ਗੋਲਾ ਪਿਆ ਜੀ ਪਰ ਕਮਾਲ ਦੀ ਗੱਲ ਹੈ ਕਿ ਉਹਨੂੰ ਕਿਸੇ ਨੇ ਵੀ ਇਹ ਗੱਲ ਨਹੀਂ ਕਹੀ ਕਿ ਹਾਂ ਇਤਿਹਾਸ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਬੋਲਿਆ ਕਰ ਤੂੰ ਖੁਰ ਤੂੰ ਖੁਦ ਇੱਕ ਬਈ ਧਾਰਮਿਕ ਪੁਰਸ਼ ਘਵਾਨਾ ਆਪਣੇ ਆਪ ਨੂੰ ਜੀ ਤਾਂ ਤੈਨੂੰ ਦੂਸਰੇ ਧਰਮ ਬਾਰੇ ਜਦੋਂ ਵੀ ਬੋਲਣਾ ਹੈ ਤੇ ਉਦੋਂ ਪਤਾ ਹੋਣਾ ਚਾਹੀਦਾ ਕਿ ਕੀ ਮੈਂ ਬੋਲਣਾ ਹਾਂਜੀ ਇਹ ਜ਼ਰੂਰਤ ਹੈ ਐਸਟੀਪੀਸੀ ਦਾ ਵੀ ਫਰਜ਼ ਪੜਦਾ ਹੈ ਜੀ ਕਿ ਪਹਿਲਾ ਇਹ ਉਹ ਜਿਵੇਂ ਕੜੀ ਨਿੰਦਾ ਦਾ ਟਰੱਕ ਭਰ ਕੇ ਖਿਲਾ ਰਿਆ ਹੁੰਦਾ ਹੈ ਰਾਜਨਾਥ ਨੇ ਹਮ ਕੜੀ ਨਿੰਦਾ ਕਰਦੇ ਹਾਂ ਜੀ ਹਾਂ ਜੀ ਉਤਰਾਂ ਵੀ ਤੁਸੀਂ ਸਟੇਟਮੈਂਟਾਂ ਤੇ ਦੇ ਦਿੰਨੇ ਹੋ ਜੀ ਫਿਰ ਮੁੜ ਕੇ ਉਹ ਸਟੇਟਮੈਂਟਾਂ ਜਿਹੜੀਆਂ ਉਹ ਫਿਰ ਹਵਾ ਹਵਾ ਹੀ ਵੀ ਹੋ ਜਾਂਦੀਆਂ ਜੀ ਤੁਸੀਂ ਇਹਨੂੰ ਖਿਲਾੜ ਕੇ ਉੱਥੇ ਦੱਸ ਦੇ ਸਕਦੇ ਸੀ ਜੀ ਕਿਉਂਕਿ ਉਸ ਮਾਮਲੇ ਦੇ ਵਿੱਚ ਤੁਹਾਨੂੰ ਯਾਦ ਹੋਣਾ ਇੰਦਰਜੀਤ ਨਿੱਕੂ ਨੇ ਵਾਰ-ਵਾਰ ਮਾਫੀ ਮੰਗੀ ਸੀ ਵੀ ਹਾਂ ਜੀ ਜੇ ਇੰਦਰਜੀਤ ਨਿੱਕੂ ਮਾਫੀ ਮੰਗ ਸਕਦਾ ਤੇ ਹਾਂ ਠੀਕ ਆ ਜਿਸ ਜਗ੍ਹਾ ਤੇ ਆ ਪਉਥੇ ਨਹੀਂ ਕਹਿ ਸਕਦੇ ਪਰ ਘੱਟੂ ਘੱਟ ਬਈ ਜਦੋਂ ਇਹਨੇ ਆਉਣਾ ਸੀਗਾ ਉਸ ਤੋਂ ਪਹਿਲਾਂ ਕਿਹਾ ਤਾਂ ਜਾ ਸਕਦਾ ਸੀਗਾ ਨਾ ਖੈਰ ਜਿਹੜੀ ਰਹੀ ਗੱਲ ਵੈਸੇ ਤੇ ਜੇ ਤੁਸੀਂ ਵੇਖੋਗੇ ਦ੍ਰਿੰਦਰ ਸ਼ਾਸਤਰੀ ਐਸ ਵੇਲੇ ਹੈਗਾ ਗੁਰਦਾਸਪੁਰ ਦੇ ਰੀਜੇ ਚ ਜੀ ਗੁਰਦਾਸਪੁਰ ਤੁਹਾਨੂੰ ਪਤਾ ਹੈ ਉਥੇ ਈਸਾਈਆਂ ਦੀ ਜਿ ਦੇਖਿਏ ਸਾਰੇ ਪੰਜਾਬ ਚ ਬਸੋਂਦਲੇ ਆਜ ਨਾਲ ਇਸ ਪੱਟੀ ਚ ਸਭ ਤੋਂ ਜ਼ਿਆਦਾ ਬਸਵਾ ਜੀ ਜੀ ਉਹਨੇ ਸਾਈਆਂ ਤੇ ਬਿਆਨ ਦਿੱਤਾ ਬਿਆਨ ਤੇ ਫਿਰ ਤੁਸੀਂ ਦੇਖਿਆ ਪ੍ਰਦਰਸ਼ਨ ਤੱਕ ਸ਼ੁਰੂ ਹੋਏ ਨੇ ਜੀ ਪਹਿਲੀ ਗੱਲ ਇਹ ਆ ਕਿ ਦੇਖੋ ਧਰਮ ਹਰੇਕ ਵਿਅਕਤੀ ਦਾ ਨਿੱਜੀ ਮਸਲਾ ਇਹਦੇ ਚ ਕੋਈ ਸ਼ੱਕ ਨਹੀਂ ਕੋਈ ਦੋਰਾ ਨਹੀਂ ਜੀ ਪਰ ਕੋਈ ਕਿਸੇ ਦੇ ਧਰਮ ਨੂੰ ਬਦਲਾਵੇ ਲਾਲਚ ਦੇ ਕੇ ਜਾਂ ਡਰਾ ਕੇ ਚਾਹੇ ਉਹ ਤਲਵਾਰ ਦੇ ਜ਼ੋਰ ਤੇ ਚਾਹੇ ਕਿਸੇ ਲਾਲਚ ਦੇ ਉਹ ਗਲਤ ਆ ਚਾਹੇ ਕੋਈ ਵੀ ਧਰਮ ਕਰਦਾ ਹੋਵੇ ਪਰ ਆਪਾਂ ਦੇਖਦੇ ਆ ਸਿੱਖ ਧਰਮ ਦੇ ਵਿੱਚ Hindu ਧਰਮ ਦੇ ਵਿੱਚ ਇਹਨਾਂ ਚੀਜ਼ਾਂ ਦੀ ਕੋਈ ਜਗ੍ਹਾ ਨਹੀਂ ਹੈਗੀ ਜੀ ਕਿ ਜੇ ਤੁਸੀਂ ਆਉਣਾ ਤਾਂ ਭਾਈ ਤੁਹਾਡਾ ਵੈਲਕਮ ਹੈ ਪਰ ਇਹ ਨਹੀਂ ਆ ਕਿ ਤਲਵਾਰ ਦੇ ਜ਼ੋਰ ਤੇ ਜਿਵੇਂ ਇੱਥੇ ਆਪਰੇ ਇੰਡੀਆ ਦੀ ਹਿਸਟਰੀ ਚ ਤੁਹਾਨੂੰ ਇਸਲਾਮ ਤੋਂ ਵੀ ਕੁਝ ਮਿਲ ਜਾਣਗੇ ਥੋੜਾ ਉਹਨਾਂ ਨੇ ਵੀ ਕੀਤਾ ਜੀ ਫੇ ਇਧਰ ਜੇ ਵੇਖੋਗੇ ਤਾਂ ਇਹ ਜਿਹੜੇ ਇਸਾਈ ਭਾਈਚਾਰੇ ਵਾਲੇ ਆ ਕੁਝ ਇਸਾਈ ਭਾਈਚਾਰੇ ਦਾ ਨਹੀਂ ਮੈਂ ਕਹੂੰਗਾ ਕੁਝ ਬੰਦਿਆਂ ਤੇ ਇਸ ਤਰ੍ਹਾਂ ਦੇ ਕਥਿਤ ਤੌਰ ਤੇ ਤੁਹਾਨੂੰ ਪਤਾ ਹੈ ਨਾ ਵਿਵਾਦਿਤ ਮੁੱਦੇ ਜਿਹੜੇ ਉੱਠੇ ਆ ਹਾਂਜੀ ਕੁਝ ਬੰਦਿਆਂ ਤੇ ਜੀ ਹੁਣ ਜਿਹੜਾ ਤਾਂ ਚਲੋ ਕਨਵਰਜਨ ਦਾ ਕੋਈ ਇਦਾਂ ਦੀ ਕੋਈ ਗੱਲਬਾਤ ਕਰਨੀ ਆ ਹੁਣ ਜਿਵੇਂ ਆਪਾਂ ਕਰ ਰਹੇ ਆ ਕਿ ਇਹਨਾਂ ਚੀਜ਼ਾਂ ਤੇ ਯਾਰ ਰੌਲਾ ਹੈ ਇਹ ਨਹੀਂ ਹੋਣਾ ਚਾਹੀਦਾ ਤੇ ਜੇ ਕਿਤੇ ਹੁੰਦਾ ਹੈ ਤੇ ਤੁਹਾਡੇ ਕੋਲ ਕਾਨੂੰਨ ਹੈ ਬਕਾਇਦਾ ਤੌਰ ਤੇ ਜਾਂ ਤੁਸੀਂ ਧਰਮ ਪਰिवर्तन ਤੇ ਕੋਈ ਹੋਰ ਸਖਤ ਕਾਨੂੰਨ ਵੀ ਲਿਆ ਸਕਦੇ ਹੋ ਕਿਉਂਕਿ ਕੁਝ ਸਟੇਟਾਂ ਨੇ ਲਿਆਂਦਾ ਹੋਇਆ ਆਲਰੇਡੀ ਜੀ ਪਹਿਲੀ ਗੱਲ ਤੇ ਇਹ ਆ ਕਿ ਹਰੇਕ ਇਸ ਤਰ੍ਹਾਂ ਦੀ ਗਤੀਵਿਧੀ ਵਾਸਤੇ ਸਾਡੇ ਕੋਲ ਕਾਨੂੰਨ ਹੈਗਾ ਜੀ ਜੇ ਕਿਤੇ ਤੁਹਾਨੂੰ ਲੱਗਦਾ ਕਮਜ਼ੋਰ ਆ ਤਾਂ ਰਾਜਾਂ ਦੇ ਵਿੱਚ ਜੋ ਮਤਲਬ ਹੁਣ ਵਿਧਾਨ ਸਭਾ ਹੈ ਜਾਂ ਉਹਦੀ ਚੁਣੀ ਹੋਈ ਸਰਕਾਰ ਹੈ ਉਹ ਅਜਿਹਾ ਕਰ ਸਕਦੀ ਹੈ ਨਾ ਤੇ ਦੂਜੀ ਗੱਲ ਇਹਨੂੰ ਸੱਦਿਆ ਹੈ ਉਥੇ ਇੱਕ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਅੱਛਾ ਜੀ ਹਾਂ ਜੀ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਸੱਦਿਆ ਉਹ ਇਲੈਕਸ਼ਨ ਲੜ ਕੇ ਹਾਰ ਚੁੱਕਾ ਹੈ ਜੀ ਅਮੀਰ ਆਦਮੀ ਆ ਜੀ ਅਸਲ ਦੇ ਵਿੱਚ ਸਾਰਾ ਪ੍ਰੋਗਰਾਮ ਦਾ ਆਯੋਜਨ ਉਹ ਕਰ ਰਿਹਾ ਸ਼ੈ 2 ਕਿ 3 ਦਿਨ ਦਾ ਪ੍ਰੋਗਰਾਮ ਹੈ ਇਹ ਜੀ ਇਹ ਤੁਹਾਨੂੰ ਕੋਈ ਗੁਰਦਾਸਪੁਰਿਆ ਦੱਸ ਵੀ ਦਵੇਗਾ ਸੰਤੇ ਨੂੰ ਪਤਾ ਕਿ ਬੁਲਾਇਆ ਉਹਨੇ ਆ ਜੀ ਹੁਣ ਜੇ ਤੁਸੀਂ ਦੇਖੋਗੇ ਤਾਂ ਆਰਐਸਐਸ ਤੇ ਭਾਜਪਾ ਉਹ ਇਸ ਮੁੱਦੇ ਨੂੰ ਉਭਾਰ ਕੇ ਤੇ ਐਸਟੀਪੀਸੀ ਨੂੰ ਕਿਤੇ ਨਾ ਕਿਤੇ ਖਾਸ ਤੌਰ ਤੇ ਸ਼ੁਰੂ ਬਣਿਆ ਅਕਾਲੀ ਦਲ ਬਾਦਲ ਨੂੰ ਕਟਾਰੇ 'ਚ ਖੜਾ ਕਰ ਦਿੰਦੀ ਹੈ ਜੀ ਯਾਦ ਮੈਨੂੰ ਪਤਾ ਲੱਗਿਆ ਕਿ ਇਹ ਸਾਰਾ ਕੁਝ ਇਦਾਂ ਮਤਲਬ ਕਿ ਸੱਧਿਆ ਬੁਲਾਇਆ ਜਾ ਰਿਹਾ ਤੇ ਮੈਨੂੰ ਲੱਗ ਗਿਆ ਸੀਗਾ ਕਿਤੇ ਨਾ ਕਿਤੇ ਨਾ ਥੋੜਾ ਅਹਿਸਾਸ ਜਿੱਦਾਂ ਬੰਦੇ ਨੂੰ ਹੋ ਜਾਂਦਾ ਮੈਂ ਕਿਹਾ ਕੋਈ ਨਾ ਕੋਈ ਇਹ ਨਾ ਕੰਟਰੋਵਰਸ਼ਲ ਜ਼ਰੂਰ ਕੋਈ ਗੱਲ ਕਹੇਗਾ ਤੇ ਹੋ ਗਿਆ ਕਿਉਂਕਿ ਜਿੱਥੇ ਜਾਂਦਾ ਕੰਟਰੋਵਰਸਿਟੀ ਹੋ ਜਾਂਦੀ ਹੈ ਨਾ ਰਿੰਦਰ ਸ਼ਾਸਤਰੀ ਜਿੱਥੇ ਵੀ ਜਾਂਦਾ ਉੱਥੇ ਕੰਟਰੋਵਰਸਿਟੀ ਹੋ ਜਾਂਦੀ ਹੈ ਹੋ ਜਾਂਦੀ ਹੈ ਜੀ ਜੀ ਸੋ ਇਹ ਆ ਕਿ ਹੁਣ ਮੜਾ ਜਾ ਬਾਈ ਬਚ ਬਚਾ ਕੇ ਜਿੰਨੇ ਦਿਨ ਹੈਗਾ ਇਹਨੇ ਕੋਈ ਨਾ ਕੋਈ ਚੁਚਰੀ ਛੇੜਨੀ ਜ਼ਰੂਰ ਸੀਗੀ ਤੇ ਉਹ ਛੇੜ ਦਿੱਤੀ ਆ ਜੀ 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 ਤੇ ਅੱਗੇ ਮੈਂ ਕਹਿੰਨਾ ਬੱਚਤ ਰਹੀ ਤਾਂ ਵਧੀਆ ਗੱਲ ਲੱਗੋ ਹੋਊ ਕਿ ਇਸ ਤਰ੍ਹਾਂ ਦੀ ਟਿੱਪਣੀ ਨਾਲ ਇਹਨਾਂ ਦਾ ਕੰਮ ਇਹੀ ਹੈ ਇਹ ਜਿਸ ਤਰ੍ਹਾਂ ਫਿਰ ਇਹ ਇੱਕ ਨਾ ਧਰਮ ਦਾ ਚਲੋ ਠੀਕ ਆ ਹਰੇਕ ਬੰਦੇ ਨੂੰ ਆਪਦਾ ਪ੍ਰਚਾਰ ਕਰਨ ਦਾ ਹੱਕ ਹੈ ਅਧਿਕਾਰ ਹੈ ਜੀ ਪਰ ਇਹ ਜਿਸ ਤਰ੍ਹਾਂ ਦੇ ਵਿਚਾਰ ਫੈਲਾਉਂਦਾ ਹੈ ਨਾ ਜੋ ਪਸਾਰ ਕਰਦਾ ਹੈ ਜੀ ਉਹਦੇ ਵਿੱਚ ਇੱਕ ਤਿਰ ਨੂੰ ਉਹਦਾ ਸਿਆਸੀ ਫਾਇਦਾ ਵੀ ਜਿਹੜਾ ਹੈ ਨਾ ਉਹ ਮਿਲਦਾ ਹੈ ਤੁਸੀਂ ਵੇਖਿਆ ਹੋਣਾ ਇਹ ਦਿਨਾਂ ਦੇ ਵਿੱਚ ਕਿਵੇਂ ਮਸ਼ਹੂਰ ਹੋਇਆ ਕਿਵੇਂ ਚੈਨਲਾਂ ਤੇ ਇਸ ਬੰਦੇ ਨੂੰ ਜਗ੍ਹਾ ਮਿਲੀ ਆ ਮੈਂ ਕਿਸੇ ਦੇ ਧਰਮ ਜਾਂ ਉਹਦੇ ਪ੍ਰਚਾਰ ਤੇ ਨਹੀਂ ਸਵਾਲ ਚੁੱਕूंगा ਨਿਮਰਾ ਹੈ ਹੀ ਨਹੀਂ ਕਦੇ ਪਰ ਜਿਸ ਤਰ੍ਹਾਂ ਤੁਸੀਂ ਦੇਖੋ ਕਿ ਇਹ ਤ੍ਰਿੰਦਰ ਸ਼ਾਸਤਰੀ ਨੂੰ ਮੀਡੀਆ ਨੇ ਕਵਰ ਕੀਤਾ باوجود ਇਸਤੇ ਕਿ ਬਹੁਤ ਕੁਝ ਸੀਗਾ ਉਸ ਨੂੰ ਉਹ ਜਿਹੜਾ ਪੱਖ ਸੀਗਾ ਇਹਦੇ ਭਰਾ ਨੇ ਤਾਂ ਵੇਖਿਆ ਨਾ ਤੁਸੀਂ ਕੀ ਕੀਤਾ ਸੀਗਾ ਹਾਂਜੀ ਜ਼ਮੀਨ ਨੱਪਣ ਤੱਕ ਦੇ ਦੋਸ਼ ਲੱਗੇ ਹੋਏ ਨੇ ਇਹਨਾਂ ਤੇ ਬਹੁਤ ਕੁਝ ਹੈ ਹਾਂਜੀ ਮਤਲਬ ਕਿ ਉਸ ਚੀਜ਼ ਨੂੰ ਬਿਲਕੁਲ ਹੀ ਇੰਡੀਅਨ ਮੀਡੀਆ ਨੇ ਟੱਕ ਦਿੱਤਾ ਹਾਂਜੀ ਇੱਕ ਮੌਤ ਹੋ ਗਈ ਸੀ ਉੱਥੇ ਉਹਦਾ ਦੇਖ ਲਓ ਮਸਲਾ ਕਿ ਉਹ ਵੀ ਬਿਲਕੁਲ ਤੁਹਾਡੀ ਗੱਲ درست ਤੇ ਯਾਨੀ ਉਹ ਚੀਜ਼ਾਂ ਨੂੰ ਬਿਲਕੁਲ ਰੋਕ ਦਿੱਤਾ ਜਾਂਦਾ ਟੱਕ ਦਿੱਤਾ ਜਾਂਦਾ ਜੀ ਇਹ ਚੀਜ਼ ਨੋਟੇਬਲ ਹੈ ਇਸ ਮਾਮਲੇ ਦੇ ਵਿੱਚ ਜੀ 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 ਤੈਦੋਂ ਖਾਸੇ ਕਮੈਂਟ ਆ ਰਹੇ ਨੇ ਇਧਰ ਰੰਜੀਜੀ ਕਰੇ ਜੀ ਵੋਟਾਂ ਬਣਨਗੇ ਸ਼ੁਰੂ ਹੋ ਗਏ ਐਸਜੀਪੀਸੀ ਦੀਆਂ ਹਾਂਜੀ ਬੰਡਰਿੰਗਾਂ ਨੇ ਵੋਟਾਂ ਤੇ ਰਜੀਵ ਜੀ ਕਹਿੰਨੇ ਨੇ ਕਿ ਪਠਾਨਕੋਟਾ ਜੀ ਉਹਦਾ ਪ੍ਰੋਗਰਾਮ ਆ ਕਹਿੰਨੇ ਕਿ ਲੱਗਦਾ ਤਾ ਇਹ ਕਹਿੰਨੇ ਕਿ ਇਹ ਤਾਂ ਨਾਮ ਲੈ ਰਿਹਾ ਇੱਕ ਲੀਡਰ ਦਾ ਉਹਨਾਂ ਨੇ ਬੁਲਾਇਆ ਕਹਿੰਨੇ ਕਿ ਬਾਈ ਉਹ ਸ਼ਾਇਦ ਆਰਐਸਐਸ ਦਾ ਵੀ ਬੰਦਾ ਕਹਿੰਨੇ ਜਿਨ੍ਹਾਂ ਨੇ ਬੁਲਾਇਆਗਾ ਬਸ ਉਹੀ ਹੈ ਉਹੀ ਹੈ ਜੀ ਤੀਰ ਨਿਸ਼ਾਨੇ ਤੇ ਆ ਤੇਰ ਨਿਸ਼ਾਨੇ ਹਾਂਜੀ ਹਾਂਜੀ ਤਾਂ ਇਹਦੇ ਨਾਲ ਬਲਵਿੰਦਰ ਜੀ ਕਹਿ ਰਹੇ ਜੀ ਇਸ ਨੂੰ ਹੁਣੇ ਨੱਥ ਪਾਉਣੀ ਚਾਹੀਦੀ ਹੈ ਧਰਮ ਦੇ ਨਾਮ ਤੇ ਨਾ ਬਿਲਕੁਲ ਸਾਡੇ ਪੰਜਾਬ 'ਚ ਇਹ ਚੀਜ਼ਾਂ ਦੇਖੋ ਸਾਡੇ ਅਸੀਂ ਕਹਿੰਦੇ ਆ ਕਿ ਕਿਸੇ ਨੂੰ ਲਾਲਚ ਵਸ ਕਰਕੇ ਕਿਸੇ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਧਰਮ ਪਰਿਵਰਤਨ ਨਹੀਂ ਹੋਣਾ ਚਾਹੀਦਾ ਚਾਹੇ ਕੋਈ ਵੀ ਧਰਮ ਵਾਲਾ ਹੋਵੇ ਬਾਕੀ ਬਾਕੀ ਇੱਥੇ ਸਾਰੇ ਅਸੀਂ ਰਲ ਮਿਲ ਕੇ ਰਹਿੰਦੇ ਆ ਅਸੀਂ ਮੁਸਲਮਾਨਾਂ ਨੂੰ ਵੀ ਬਰਾਬਰ ਦੇ ਆਪਣੇ ਭੈਣ ਭਾਈ ਸਮਝਦੇ ਆ ਈਸਾਈਆਂ ਨੂੰ ਵੀ ਸਮਝਦੇ ਆ ਪੰਜਾਬੀ ਹੁੰਦਾ ਹੈ ਤਦ ਹੀ ਬਣਦੀ ਹੈ ਨਾ ਜੀ ਜੈਨੀ ਬੁੱਧੀ ਸਾਰੇ ਅਸੀਂ ਇੱਥੇ ਇੱਕ ਵਧੀਆ ਮਾਹੌਲ 'ਚ ਰਹਿੰਦੇ ਆ ਜੀ ਸੰਕਟ ਸਾਡੇ ਤੇ ਪੇਸ਼ਕ ਨੇ ਪਰ ਸਾਡੀਆਂ ਕੁਝ ਖੂਬਸੂਰਤ ਚੀਜ਼ਾਂ ਵੀ ਹੈਗੀਆਂ ਨੇ ਜੀ ਤੇ ਇਹ ਆ ਕਿ ਇਸ ਤਰ੍ਹਾਂ ਕੱਲ ਨੂੰ ਕੋਈ ਪੋਲਰਾਈਜੇਸ਼ਨ ਵਾਸਤੇ ਇਸ ਤਰ੍ਹਾਂ ਸਾਡੀ ਪੰਜਾਬ ਦੀ ਜਿਹੜੀ ਇਹ ਫਿਜ਼ਾ ਹੈ ਰਲ ਮਿਲ ਕੇ ਰਹਿਣ ਵਾਲੀ ਇਹਦੇ 'ਚ ਇਸ ਤਰ੍ਹਾਂ ਦੇ ਬੰਦੇ ਆ ਕੇ ਕੋਈ ਜ਼ਰ ਕੋਈ ਵੇਸ ਕੋਲ ਦੇਣ ਤੇ ਉਹ ਠੀਕ ਨਹੀਂ ਆਗਾ ਹਾਂਜੀ ਤੁਸੀਂ ਪ੍ਰਚਾਰ ਕਰੋ ਚਮਕ ਕੇ ਕਰੋ ਚਾਹੇ ਆਰਐਸਐਸ ਵਾਲੇ ਨੇ ਬੁਲਾਇਆ ਤੁਹਾਨੂੰ ਕੋਈ ਗੱਲ ਨਹੀਂ ਤੁਹਾਡਾ ਹੱਕ ਹੈ ਕਰੋ ਤੁਸੀਂ ਇਹ ਤੇ ਤੁਹਾਨੂੰ ਪਤਾ ਹਿੰਦੂ ਰਾਸ਼ਟਰ ਦੀ ਵੀ ਗੱਲ ਕਰਦੇ ਆ ਹਾਂਜੀ ਤੇ ਕਈ ਵਾਰ ਇਧਰੋਂ ਸਵਾਲ ਵੀ ਚੁੱਕਿਆ ਜਾਂਦਾ ਹੈ ਸਵਾਲ ਚੁੱਕਿਆ ਜਾਂਦਾ ਕਿ ਜੇ ਇਹ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਹੈ ਤੇ ਫਿਰ ਦੂਸਰੇ ਖਾਲਿਸਤਾਨ ਦੀ ਜਾਨ ਹੋਰ ਜਿਹੜੀਆਂ ਵਖਵਾਦੀ ਤਾਕਤਾਂ ਨੇ ਕਿ ਉਹ ਆਪੋ ਆਪਣੇ ਸਾਹਬ ਨਾਲ ਕਿਉਂ ਨਹੀਂ ਗੱਲ ਕਰ ਸਕਦੇ ਤੇ ਇਹਦੇ ਬਿਆਨ ਤੇ ਇਹ ਚੀਜ਼ ਵੀ ਜਿਹੜੀ ਆ ਤੁਸੀਂ ਦੇਖੋਗੇ ਨਾ ਇਹ ਲੀਕ ਵੀ ਬਹੁਤ ਗੁੜੀ ਹੋ ਜਾਂਦੀ ਗੜੀ ਹੋ ਜਾਂਦੀ ਆ ਹਾਂਜੀ ਜੀ ਜੀ ਇਧਰ ਆਲਖ ਜੀ ਕਹਿੰਦੇ ਕਿ ਕਿਸੇ ਵੀ ਧਰਮ ਦੇ ਵਿੱਚ ਕੁਝ ਬੰਦੇ ਮੰਨਦੇ ਆ ਕਿ ਗਲਤ ਹੁੰਦੇ ਆ ਕੋਈ ਨਾ ਕੋਈ ਤਾਂ ਪਰ ਫਿਰ ਵੀ ਕਹਿੰਦੇ ਉਹਦੀ ਨਿੰਦਾ ਹੋਣੀ ਚਾਹੀਦੀ ਆ ਪਰ ਇਹਨੂੰ ਕਹਿੰਦੇ ਕਿ ਪੂਰਾ ਇਹ ਹੱਕ ਅਧਿਕਾਰ ਕਿਹਨੇ ਦਿੱਤਾ ਕਿ ਤੂੰ ਸਾਰਿਆਂ ਬਾਰੇ ਗਲਤ ਕਮੈਂਟ ਕਰਦੇ ਹਾਂਜੀ ਬਿਲਕੁਲ ਮੈਂ ਉਹੀ ਕਹਿ ਰਿਹਾ ਕੁਝ ਬੰਦੇ ਹੋ ਸਕਦਾ ਗਲਤ ਹੋਣ ਕਟੜ ਹੋਣ ਹੋ ਸਕਦਾ ਹੈ ਕਿ ਉਹਨਾਂ ਦਾ ਮਤਲਬ ਕਿ ਜਿਹੜਾ ਹਾਂ ਮਨਸ਼ਾ ਭਾਵਨਾ ਚੜੀ ਉਹਦੀ ਹੋ ਸਕਦਾ ਹੈ ਆ ਬਹੁਤ ਉਹ ਕਹੀਏ ਪਰ ਇਸਾਈ ਭਾਈਚਾਰਾ ਹੈ ਨਾ ਇੱਕ ਧਰਮ ਹੈ ਉਹ ਜੀ ਉਹ ਧਰਮ ਆ ਤਾਂ ਉਹ ਅਸੀਂ ਹੁਣ ਸਾਰਿਆਂ ਨੂੰ ਥੋੜੀ ਕਿਸੇ ਗੱਲ 'ਚ ਕਹਿ ਸਕਦੇ ਹਾਂ ਕਿ ਸਾਰੇ ਮਾੜੇ ਨੇ ਜੀ ਜਾਂ ਸਾਰੇ ਇਸ ਤਰ੍ਹਾਂ ਕਰ ਰਹੇ ਨੇ ਜੀ ਉਹਨੇ ਤੇ ਵਿਦੇਸ਼ੀ ਤਾਕਤਾਂ ਤੱਕ ਦੱਸ ਦਿੱਤਾ ਜੀ ਹੁਣ ਜਿਹੜਾ ਇੱਥੇ ਦਾ ਪੰਜਾਬੀ ਜੰਮਿਆ ਪਲਿਆ ਹੈ ਤੁਸੀਂ ਮੈਨੂੰ ਦੱਸੋ ਚਲੋ ਉਹਨੇ ਧਰਮ ਅਪਣਾ ਲਿਆ ਜਾਂ ਉਹ ਉਸ ਧਰਮ 'ਚ ਪੈਦਾ ਹੋਇਆ ਪਰ ਉਹ ਇੱਥੋਂ ਦੀ ਮਿੱਟੀ ਤਾਂ ਹੀ ਹੈ ਨਾ ਹਾਂਜੀ ਇਥੋਂ ਦੀ ਮਿੱਟੀ ਦਾ ਹੀ ਆ ਉਹਨੂੰ ਤੁਸੀਂ ਇਹ ਟੈਗ ਲਾ ਦਿਓ ਸਾਰਿਆਂ ਨੂੰ ਕਿ ਵਿਦੇਸ਼ੀ ਦਾ ਤੱਕ ਵਗੈਰਾ ਵਾ ਲੋ ਠੀਕ ਨਹੀਂ ਆਏਗਾ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਕਰੋ ਠੋਕ ਕੇ ਕਰੋ ਵਜਾ ਕੇ ਕਰੋ ਤੁਹਾਨੂੰ ਕੋਈ ਨਹੀਂ ਰੋਕਦਾ ਹਾਂਜੀ ਪੰਜਾਬ ਚ ਸਾਰੇ ਕਰਦੇ ਨੇ ਪਰ ਦੂਜਿਆਂ ਬਾਰੇ ਗਲਤ ਜਾਣਕਾਰੀ ਇਹ ਦੂਜਿਆਂ ਦੇ ਚ ਦੇਖਣਾ ਪਹਿਲਾਂ ਤੁਸੀਂ ਸਿੱਖ ਧਰਮ ਦੇ ਵਿੱਚ ਪਹਿਲਾਂ ਤਾਂ ਮਾਫੀ ਸਿੱਖ ਧਰਮ ਤੋਂ ਮੰਗਣੀ ਚਾਹੀਦੀ ਸੀ ਤੁਹਾਨੂੰ ਹਾਂਜੀ ਕਿ ਤੁਸੀਂ ਬਹੁਤ ਚੀਜ਼ਾਂ ਜਿਹੜੀਆਂ ਉਹ ਗਲਤ ਕੀਤੀਆਂ ਨੇ ਇੱਥੇ ਗੱਲਾਂ ਜਿਹੜੀਆਂ ਨੇ ਉਹ ਠੀਕ ਨਹੀਂ ਸੀਗੀਆਂ ਤੁਹਾਡੀਆਂ ਪਹਿਲੀ ਗੱਲ ਤੇ ਕਿਤਾ ਧਰਮ ਦਾ ਅਧਿਐਨ ਕਰੋ ਪੂਰਨ ਤੌਰ ਤੇ ਕਿਉਂਕਿ ਤੁਹਾਡਾ ਤੁਹਾਡਾ ਤਾਂ ਬਈ ਕੀਤਾ ਵੀ ਇਹ ਹੈ ਕਰਮ ਵੀ ਇਹ ਸਾਰਾ ਕੁਝ ਹੈ ਇਹ ਕੀਤਾ ਵੀ ਹੈ ਨਾ ਇਹਨਾਂ ਦਾ ਸਾਧਾਂ ਦਾ ਕੀਤਾ ਹੋਰ ਕੀ ਹੁੰਦਾ ਵੱਡੇ ਵੱਡੇ ਪ੍ਰੋਗਰਾਮਾਂ ਦੇ ਤੁਸੀਂ ਇਹ ਦੇਖ ਲਿਓ ਕਿੰਨਾ ਖਰਚ ਹੁੰਦਾ ਜੀ ਤੇ ਟੀਮਾਂ ਹੁੰਦੀਆਂ ਨੇ ਬਕਾਇਦਾ ਤੌਰ ਹਾਂਜੀ 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 ਤੇ ਇਹਦੇ ਨਾਲ ਮੇਰੇ ਖਿਆਲ ਨਾਲ ਨਾਲਦਿਆਂ ਨੂੰ ਵੀ ਚਾਹੀਦਾ ਕਿ ਉਹ ਵੀ ਥੋੜਾ ਸਮਝਾ ਕੇ ਰੱਖਣ ਜਿਵੇਂ ਜਿਸ ਤਰ੍ਹਾਂ ਦੇਨਿੰਦਰਜੀਤ ਨੀਕੂ ਆ ਉਹ ਨਾਲ ਆਏ ਨੇ ਉਹਨਾਂ ਨੂੰ ਵੀ ਚਾਹੀਦਾ ਸੀ ਜਾਂ ਹੋਰ ਜਿਹੜੇ ਵੀ ਹੈਗੇ ਨੇਗੇ